ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਜੀ। ਬਾਪੂ ਜੀ ਕੀ ਨਾਮ ਆਪਣਾ? ਮੇਰਾ ਨਾਮ ਨੰਦ ਸਿੰਘ ਚੰਗੂ ਮੰਗੂ। ਨੰਦ ਸਿੰਘ ਚੰਗੂ ਮੰਗੂ। ਚੰਗੂ ਮੰਗੂ ਤੇ ਚੰਗੂ ਮੰਗੂ ਬਾਪੂ ਜੀ ਕੀ ਪਿੰਡ ਦਾ ਨਾਮ ਆਪਣੇ? ਮੇਰਾ ਨਾਂ ਹੀ ਚੰਗੂ ਮੰਗੂ ਹੈ। ਅੱਛਾ ਜੀ। ਹਾਂ ਇਹ ਬਚਪਨ ਤੋਂ ਹੀ ਆ ਜੀ? ਬਿਲਕੁਲ। ਠੀਕ ਹੈ ਜੀ। ਬਾਪੂ ਜੀ ਕਿਹੜਾ ਪਿੰਡ ਸੀ ਆਪਣਾ ਪਿੱਛੇ? ਰਾਜਾ ਜੰਗ। ਰਾਜਾ ਜੰਗ। ਹਾਂ ਵਾਹ। ਤੇ ਬਾਪੂ ਜੀ ਕਿੰਨੀ ਉਮਰ ਸੀ ਉਦੋਂ ਆਪਣੀ ਜਦੋਂ ਇਹ 47 ਦੀ ਵੰਡ ਹੋਈ ਹੈ ਜੀ? 13-14 ਸਾਲ ਦਾ। 13-14 ਸਾਲ ਦੀ ਉਮਰ ਸੀ ਤੁਹਾਡੀ ਰਾਜਾ ਜੰਗ ਦੇ ਵਿੱਚ ਜਦੋਂ ਵੰਡ ਹੋਈ ਹੈ? ਠੀਕ ਹੈ। ਸਾਡੀ ਢੋਲੇ ਕੀ ਪੱਤੀ ਸੀ। ਢੋਲੇ ਕੀ ਪੱਤੀ ਸੀ। ਇਹ ਬਾਪੂ ਜੀ ਰਾਜਾ ਜੰਗ ਦੀਆਂ ਕਿੰਨੀਆਂ ਪੱਤੀਆਂ ਸੀ? ਇਹਦੀਆਂ ਪੱਤੀ ਬੇਸਾਬਾ ਪਿੰਡ ਸੀ, ਉੱਥੇ ਢੰਗਾ ਚੜਾਇਆ ਸੀ, ਉੱਥੇ ਹੀ ਵਗਦਾ ਰਿਹਾ। ਅੱਛਾ। ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਵੀ ਢੰਗਾ ਸਾਡਾ ਇੱਥੇ ਵਗਦਾ, ਇਸੇ ਪਿੰਡ ਚ ਵਗਦਾ ਰਿਹਾ। ਤੇ ਫਿਰ ਵੀ ਬਾਪੂ ਜੀ ਕਿੱਡਾ ਕੁ ਪਿੰਡ ਸੀ, ਕਿੰਨਾ ਘਰ ਅਕਬਾ ਸੀ? ਕਸਬੇ ਵਰਗਾ ਪਿੰਡ ਸੀ, ਸਟੇਸ਼ਨ ਸੀ ਰਾਜਾ ਜੰਗ। ਰਾਜਾ ਜੰਗ। ਹਾਂ। ਤੇ ਬਾਪੂ ਜੀ ਜਿਹੜਾ ਰਾਜਾ ਜੰਗ ਦਾ ਨਾਂ ਰਾਜਾ ਜੰਗ ਕਿਉਂ ਪਿਆ ਸੀ, ਕੋਈ ਤੁਹਾਨੂੰ ਇਹਦੇ ਬਾਰੇ ਹੈ ਜਾਣਕਾਰੀ? ਇਹ ਤਾਂ ਜੀ ਬਹੁਤ ਪੁਰਾਣਾ ਇਤਿਹਾਸ ਹੈ। ਅੱਛਾ ਜੀ। ਬਾਕੀ ਜਿਹੜਾ ਮੇਰੀ ਜ਼ਿੰਦਗੀ ਦਾ ਮਤਲਬ ਇਤਿਹਾਸ ਹੈ। ਹਾਂਜੀ। ਜਿਵੇਂ 75 ਸਾਲ ਤੋਂ ਪਹਿਲਾਂ ਜਿਹੜੀ ਜਾਣਕਾਰੀ ਹੈ, ਹਾਂਜੀ, ਉਹ ਸਾਰੀ ਮੈਨੂੰ ਯਾਦ ਹੈ। ਠੀਕ ਹੈ। ਤੇ ਸਾਡੇ ਬੇਦਾ ਸਿੰਘ ਸੀ। ਠੀਕ ਹੈ। ਉਹ ਸਟੇਸ਼ਨ ਤੇ ਮਾਰਤਾ ਸੀ। ਅੱਛਾ ਜੀ। ਉਹਨੇ ਬਾਂਗੜੀ ਦੇ ਦਿੱਤੀ ਸੀ ਮੁਸਲਮਾਨਾਂ ਨੂੰ। ਠੀਕ ਹੈ। ਤੇ ਐਡਾ ਤਕੜਾ ਬੰਦਾ ਸੀ। ਅੱਛਾ ਜੀ। ਉਹਦੇ ਜਿਹੜੇ ਬਾਲ ਬੱਚਾ ਹੈ ਉਹ ਇੱਥੇ ਕੜੈਲ ਬੈਠਾ। ਠੀਕ ਹੈ। ਇਹ ਕਿੱਥੇ ਕਰੇ ਗਿਆ? ਇਹ ਜਾਖਲ ਕੋਲੇ ਆ। ਜਾਖਲ ਕੋਲੇ ਆ। ਪਹਿਲਾਂ ਦਮਦਮ ਵੀ ਸੀ, ਉਹਦੇ ਨਾਲ ਦਮਦਮੀਆਂ ਕਹਿੰਦੇ ਸੀ। ਠੀਕ। ਕੋਈ ਹੁੰਦਾ ਸੀ। ਠੀਕ ਹੈ ਜੀ। ਫਿਰ ਉਹਦੇ 7 ਮੁੰਡੇ ਹੋਏ ਬੇਦਾ ਸਿੰਘ ਦੇ। ਬੇਦਾ ਸਿੰਘ ਦੇ। ਫਿਰ ਬਾਗ ਵਾਲਾ ਵੱਜਣ ਲੱਗ ਗਿਆ। ਠੀਕ ਹੈ। ਉਹਨੇ ਐਡਾ ਵੱਡਾ ਪਿੰਡ ਸੀ, ਬਹੁਤ ਵੱਡਾ ਪਿੰਡ, ਤੇ ਉਹਨੇ ਮੁਸਲਮਾਨਾਂ ਨੂੰ ਬਾਂਗੜੀ ਦੇ ਦਿੱਤੀ ਸੀ। ਠੀਕ ਹੈ। ਬੜਾ ਤਕੜਾ ਬੰਦਾ ਸੀ। ਠੀਕ ਹੈ। ਉਹਦਾ ਮੁੰਡਾ ਉਹਨੇ ਸੋਹਣ ਸਿੰਘ ਦਮਦਮੀ। ਠੀਕ ਹੈ ਜੀ। ਬਾਪੂ ਜੀ ਜਿਹੜਾ ਇਹ ਰਾਜਾ ਜੰਗ ਸੀ ਇਹਦੀਆਂ ਪੱਤੀਆਂ ਦੇ ਤੁਹਾਨੂੰ ਕੋਈ ਨਾਂ ਯਾਦ ਹੋਣ? ਹਾਂਜੀ, ਢੋਲੇ ਕੀ ਪੱਤੀ ਸੀ। ਠੀਕ ਹੈ। ਢੋਪਿਆਰਾਂ ਦੀ ਪੱਤੀ ਸੀ, ਇਸ ਤਰ੍ਹਾਂ ਪੱਤੀਆਂ ਸੀ। ਪੱਤੀਆਂ ਸੀ। ਤੇ ਉਸ ਟਾਈਮ ਰਾਜਾ ਜੰਗ ਦੇ ਵਿੱਚ ਕੋਈ ਸਕੂਲ ਵੀ ਸੀ? ਹਾਂਜੀ, ਪ੍ਰਾਇਮਰੀ ਦਾ ਸਕੂਲ ਸੀ। ਪ੍ਰਾਇਮਰੀ ਦਾ ਸਕੂਲ ਸੀ। ਤੇ ਹੋਰ ਰੇਲਵੇ ਸਟੇਸ਼ਨ ਜਾਂ ਗੁਰਦੁਆਰਾ ਨਾਲ ਹੈ? ਰੇਲਵੇ ਰਾਜਾ ਜੰਗ ਸਟੇਸ਼ਨ ਹੈ। ਸਟੇਸ਼ਨ ਹੈ ਲਾਹੌਰ ਤੋਂ ਉੱਲਾ। ਲਾਹੌਰ ਤੋਂ ਇਹ ਪਹਿਲਾਂ ਸੀ ਕਿ ਬਾਅਦ ਚ ਸੀ? ਬਦਾਮੀ ਬਾਗ ਉੱਲਾ। ਬਦਾਮੀ ਬਾਗ। ਹਾਂ ਠੀਕ ਹੈ। ਫਿਰੋਜ਼ਪੁਰ ਲਾਈਨ ਤੇ ਸੀ। ਤੇ ਉੱਥੋਂ ਕਸੂਰ ਕਿੰਨਾ ਕੁ ਸੀ? ਕਸੂਰ ਫਿਰੋਜ਼ਪੁਰ ਕਿੱਥੋਂ? ਰਾਜਾ ਜੰਗ ਤੋਂ ਜੀ। ਰਾਜਾ ਜੰਗ ਤੋਂ 12-13 ਕਿਲੋਮੀਟਰ ਸੀ ਕਸੂਰ ਸ਼ਹਿਰ। ਹਾਂ। ਕਸੂਰ ਨੇੜੇ ਲੱਗਦਾ ਸੀ ਕਿ ਲਾਹੌਰ ਸੀ ਨੇੜੇ? ਕਸੂਰ ਨੇੜੇ ਲੱਗਦਾ ਸੀ। ਠੀਕ ਹੈ। ਤੇ ਬਾਪੂ ਜੀ ਇਹਦੇ ਹੋਰ ਪਿੰਡ ਨੇੜੇ ਨੇੜੇ ਕਿਹੜੇ ਸੀ? ਜਿਵੇਂ ਤੁਸੀਂ ਕਹਿ ਰਹੇ ਹੋ ਜਿਵੇਂ ਦਾਲ ਹੈ। ਹਾਂਜੀ। ਤੇ ਆਪਣੇ ਕਾਫੀ ਪਿੰਡ ਨੇ, ਇਹ ਰਾਵੀ ਤੇ ਵਗ ਜਾਂਦਾ। ਇਹ ਰਾਵੀ ਤੇ ਵਗ ਜਾਂਦਾ ਸੀ ਕੁੜਿਆਲਾ ਪਿੰਡ। ਠੀਕ ਹੈ। ਨਹੀਂ ਰਾਜਾ ਜੰਗ ਦੇ ਜਿਹੜੇ ਆਸੇ ਪਾਸੇ ਕੋਈ ਪਿੰਡਾਂ ਦੇ ਨਾਂ ਯਾਦ ਆ ਤੁਹਾਨੂੰ? ਉਹ ਤਾਂ ਯਾਦ ਤਾਂ ਹੋਣਗੇ, ਫਿਰ ਹੁਣ ਨਹੀਂ ਚੇਤਾ ਹੁੰਦਾ। ਹੁਣ ਨਹੀਂ ਚੇਤਾ ਹੈਗਾ ਵੀ ਕਿਹੜੇ ਕਿਹੜੇ ਪਿੰਡ ਸੀ। ਤੇ ਬਾਪੂ ਜੀ ਉਸ ਟਾਈਮ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਕਿੰਨੇ ਕੁ ਸੀ? ਇੱਕ ਸੀ, ਦੋ ਗੁਰਦੁਆਰਾ ਸਾਹਿਬ ਸੀ? ਰਾਜਾ ਜੰਗ ਤਿੰਨ ਗੁਰਦੁਆਰੇ ਸੀ। ਤਿੰਨ ਗੁਰਦੁਆਰੇ ਸੀ। ਠੀਕ ਹੈ। ਬਹੁਤ ਵੱਡਾ ਪਿੰਡ ਸੀ। ਠੀਕ ਹੈ ਜੀ। ਤੇ ਬਾਪੂ ਜੀ ਜਦੋਂ ਇਹ ਵੰਡ ਹੋਈ ਹੈ ਫਿਰ ਰਾਜਾ ਜੰਗ 'ਚ ਕਿਵੇਂ ਤੁਹਾਨੂੰ ਪਤਾ ਲੱਗਾ ਵੀ ਹੁਣ 47 ਦੀ ਵੰਡ ਹੋ ਗਈ ਅਤੇ ਆਪਾਂ ਨੂੰ ਇੱਥੋਂ ਜਾਣਾ ਪੈਣਾ? ਉਦੋਂ ਪਤਾ ਲੱਗ ਗਿਆ ਸੀ। ਠੀਕ ਹੈ। ਅਸੀਂ ਗੱਡੇ 'ਤੇ ਆਏ ਸੀ। ਅੱਛਾ। ਅਤੇ ਇਹ ਰਾਜਾ ਜੰਗ ਤਾਂ ਜਮਾਂ ਫਿਰੋਜ਼ਪੁਰ ਦੇ ਨਾਲ ਹੀ ਸਮਝੋ। ਠੀਕ ਹੈ। 12-14 ਕਿਲੋਮੀਟਰ ਦੀ ਹੈ। ਠੀਕ ਹੈ ਜੀ। ਉੱਥੋਂ ਤੋਂ ਕੋਈ ਮਰਿਆ ਮਰਾਇਆ ਨਹੀਂ ਸਾਡਾ। ਠੀਕ ਹੈ। ਸਾਡੇ ਪਿੰਡ 'ਚੋਂ ਨਹੀਂ ਮਰਿਆ ਕੋਈ। ਅੱਛਾ। ਇਹਨੂੰ ਫਿਰੋਜ਼ਪੁਰ ਜ਼ਿਲ੍ਹਾ ਅਲਾਟਮੈਂਟ ਕੀਤੀ ਗਈ। ਠੀਕ ਹੈ। ਜਿਹੜਾ ਇਹ ਸੀ ਲਾਹੌਰ। ਹਾਂਜੀ। ਇਹਨੂੰ ਫਿਰੋਜ਼ਪੁਰ ਜ਼ਿਲ੍ਹਾ ਅਲਾਟਮੈਂਟ ਹੈ। ਠੀਕ ਹੈ। ਜਿਵੇਂ ਮਲੋਟ ਦੇ ਲਾਗੇ ਦਾ ਇਲਾਕਾ ਆ ਗਿਆ। ਹਾਂਜੀ। ਤੇ ਮੁਕਤਸਰ ਦਾ ਇਲਾਕਾ ਆ ਗਿਆ। ਹਾਂਜੀ। ਤੇ ਆਪਣਾ ਇੱਧਰ ਸੰਦੂਲਗੜ੍ਹ ਤੱਕ ਇਹ ਹੈਗਾ, ਲੰਮੀ ਥਾਣਾ ਹੋਇਆ, ਲੰਬਾਲੀ ਹੋਇਆ, ਸਾਰਾ ਫਿਰੋਜ਼ਪੁਰ ਜ਼ਿਲ੍ਹੇ ਨੂੰ ਇਹ ਦਿੱਤਾ ਸੀ। ਸਾਰਾ ਫਿਰੋਜ਼ਪੁਰ ਜ਼ਿਲ੍ਹੇ ਨੂੰ ਦਿੱਤਾ ਸੀ। ਉਧਰੋਂ ਜਿਹੜਾ ਅਲਾਟਮੈਂਟ ਹੋਈ ਸੀ ਵੀ ਇਹੀ ਏਰੀਆ ਦਿੱਤਾ ਗਿਆ, ਬੇਟ ਬੇਟ ਨੂੰ ਦਿੱਤਾ ਗਿਆ। ਬੇਟ ਨੂੰ ਦਿੱਤਾ ਸੀ। ਮੋਗੇ ਕਿੰਨੀ ਬੇਟ ਹੈ। ਹਾਂ, ਉਧਰ ਬੇਟ ਦਾ ਇਲਾਕਾ ਵੱਜਦਾ ਮੋਗੇ ਵਾਲਾ ਦਿੱਤਾ ਗਿਆ। ਉਧਰੋਂ ਕੱਢ ਕੇ ਫਿਰ ਇੱਧਰ ਲੋਕੀ ਆ ਗਏ, ਜਿਵੇਂ ਥਾਨਕ ਆ ਗਏ ਨੇ ਇਸ ਤਰ੍ਹਾਂ। ਠੀਕ ਹੈ। ਸਾਡਾ ਪਿੰਡ ਬੈਠਾ ਹੈ ਅਸਰਾਵਾਂ। ਸਰਾਵਾਂ। ਹੋਰ ਰਾਜੇ ਜੰਗੀਏ ਕਿੱਥੇ ਕਿੱਥੇ ਬੈਠੇ ਆ ਜੀ? ਇੱਕ ਇੱਕ ਘਰ ਇੱਕ ਬੈਠਾ ਹੈਗਾ ਜਗੀ ਜਗ੍ਹਾ। ਹਾਂਜੀ। ਤੇ ਹੋਰ ਇੱਧਰ ਸੰਘੇ ਵੀ ਬੈਠੇ ਨੇ। ਠੀਕ ਹੈ ਜੀ। ਤੇ ਬਾਕੀ ਕੜੈਲ ਬੈਠੇ ਨੇ। ਠੀਕ ਹੈ ਜੀ।
ਤੇ ਬਾਕੀ ਰਾਜਾ ਜੰਗ ਦੇ ਤਾਂ ਹੈ ਨਹੀਂ, ਲਾਹੌਰ ਦੇ ਤਾਂ ਹੈ ਸਾਰੇ ਠੀਕ ਹੈ। ਉੱਥੇ ਰਾਜਾ ਜੰਗ ਦੇ ਹੈਗੇ, ਹੋਰ ਇੱਕ ਪਿੰਡ ਹੈ ਇੱਥੇ ਨਾਲ ਗੁਰੂ ਸਰ ਜੋਧਾ ਵੀ ਸ਼ਾਇਦ, ਹਾਂ ਜੀ ਇੱਥੇ ਬੈਠੇ ਨੇ, ਇੱਥੇ ਵੀ ਬੈਠੇ ਆ। ਬਾਪੂ ਜੀ ਕਿੰਨੇ ਕੁ ਦਿਨਾਂ 'ਚ ਫਿਰ ਤੁਸੀਂ ਉੱਧਰੋਂ ਆ ਗਏ ਸੀ ਇੱਧਰ ਉੱਠ ਕੇ, ਜਦੋਂ ਇਹ ਵੰਡ ਹੋਈ ਆ ਗੱਡਿਆਂ ਦੇ ਲੋਕ ਕਾਫਲਾਂ 'ਚ ਆਏ ਕਾਫਲ? ਹਾਂਜੀ ਬੰਦੇ, ਖਾਸੇ ਬੰਦੇ ਇਕੱਠੇ ਹੁੰਦੇ ਆਪਣਾ ਉਹ ਪਾ ਲੈਂਦੇ, ਠੀਕ ਹੈ। ਫਿਰੋਜ਼ਪੁਰ ਤੋਂ ਬਾਅਦ ਤਾਂ ਕੋਈ ਡਰ ਨਹੀਂ ਰਿਹਾ ਹੀ ਨਹੀਂ, ਠੀਕ ਹੈ ਵੀ ਪੰਜ ਚਾਰ ਦਿਨਾਂ ਦੇ ਵਿੱਚ ਵਿੱਚ ਆ ਗਏ ਹੋਣੇ ਆ। ਤੇ ਬਾਪੂ ਜੀ ਤੁਹਾਡਾ ਜਿਹੜਾ ਕਾਫਲਾ ਸੀ ਫਿਰ ਪਹਿਲੇ ਦਿਨ ਕਿੱਥੇ ਆਇਆ ਤੁਸੀਂ? ਪਹਿਲਾਂ ਇੱਥੇ ਸਿੱਧਾ ਬੁਲਾਡੇ ਹੀ ਆ ਕੇ ਬੈਠੇ ਹੋ ਉਦੋਂ ਦੇ ਕੇ? ਅਸੀਂ ਫਿਰੋਜ਼ਪੁਰ ਟੱਪ ਕੇ ਆ ਗਏ ਸੀ, ਫਿਰੋਜ਼ਪੁਰ ਟੱਪ ਕੇ ਆਏ ਸੀ। ਫਿਰ ਉਦੋਂ ਬਾਅਦ ਰਜਿਸਟ ਕਰਦੇ, ਠੀਕ ਹੈ ਜੀ। ਤੇ ਬਾਪੂ ਜੀ ਉਦੋਂ ਫਿਰ ਲੋਕ ਉੱਥੇ ਕੀ ਖੇਤੀਬਾੜੀ ਜ਼ਿਆਦਾ ਕਰਦੇ ਸੀ ਜਾਂ ਕੀ ਕੰਮ ਕਾਰ ਹੁੰਦੇ ਸੀ? ਖੇਤੀ ਸੀ ਜ਼ਿਆਦਾ, ਜ਼ਿਆਦਾ ਖੇਤੀ ਸੀ, ਦੁੱਧ ਵਿਕਦਾ ਨਹੀਂ ਸੀ ਉਦੋਂ। ਅੱਛਾ, ਦੁੱਧ ਦੁੱਧ ਦੀ ਆਣ ਸੀ ਵੀ ਦੁੱਧ ਵੇਚਤਾ ਪੁੱਤ ਵੇਚਤਾ। ਅੱਛਾ, ਜੇ ਦੁੱਧ ਕਿਸੇ ਦੇ ਨਾ ਹੁੰਦਾ ਕਹਿੰਦੇ ਉਹਨਾਂ ਤੋਂ ਗੱਡੀ ਭਰਾ ਲਿਆ, ਠੀਕ ਹੈ, ਉਹਨਾਂ ਤੋਂ ਦੁੱਧ ਭਰਾ ਲਿਆ, ਉਹ ਕੋਈ ਨਹੀਂ ਸੀ, ਠੀਕ ਹੈ ਜੀ। ਦੁੱਧ ਨਹੀਂ ਵਿਕਦਾ, ਦੁੱਧ ਨਹੀਂ ਵਿਕਦਾ ਤੇ ਲੋਕ ਖੇਤੀਬਾੜੀ ਕਰਦੇ ਸੀ? ਵਧੀਆ ਕਰਦੇ ਸੀ, ਬਲਦਾਂ ਦੀ ਖੇਤੀ, ਹਲਟਾਂ ਦੀ ਖੇਤੀ, ਠੀਕ ਹੈ, ਹਲਟ ਚੱਲਦੇ, ਹਲਟ ਚੱਲਦੇ ਹੁੰਦੇ ਸੀ। ਤੇ ਬਾਪੂ ਜੀ ਤੁਸੀਂ ਥੋੜ੍ਹਾ ਜਿਹਾ ਆਪਦੇ ਪਰਿਵਾਰ ਦੇ ਪਿਛੋਕੜ ਬਾਰੇ ਦੱਸੋ ਉੱਥੋਂ ਬਾਰੇ, ਰਾਜਾ ਜੰਗ ਬਾਰੇ। ਅਸੀਂ ਉੱਥੇ ਸਾਡੀ ਰੰਗ ਦੀ ਦੁਕਾਨ ਸੀ, ਰੰਗ ਦੀ। ਅੱਛਾ ਜੀ, ਹਾਂ ਜੀ, ਰੰਗ ਪੱਟ ਇਸ ਤਰ੍ਹਾਂ ਦੀ ਜਿਹੜਾ ਕੁੜੀਆਂ ਦੇ ਕੰਮ ਆਉਂਦੇ ਸਮਾਨ, ਠੀਕ ਹੈ। ਤੇ ਬਾਪੂ ਜੀ ਉਸ ਟਾਈਮ ਜਿਹੜਾ ਲੋਕਾਂ ਦੇ ਵਿੱਚ ਆਪਸੀ ਮਿਲਵਰਤਨ ਸੀ ਉਹ ਸਿੱਖਾਂ ਦਾ ਮੁਸਲਮਾਨਾਂ ਦਾ ਉਹ ਕਿਵੇਂ ਦਾ ਸੀ? ਪਿਆਰ ਦਾ, ਬੜਾ ਪਿਆਰ ਸੀ। ਹਾਂ, ਹੁਣ ਵੀ ਮੈਂ ਗਿਆ ਉੱਥੇ ਰੋਡ ਦੇ, ਮਤਲਬ 20 ਸਾਲ ਪਹਿਲਾਂ ਗਿਆ ਸੀ ਮੈਂ, ਠੀਕ ਹੈ। ਉਦੋਂ ਲੋਕ ਰੋਂਦੇ ਸੀ ਸਾਨੂੰ ਦੇਖ ਕੇ, ਗੱਫੜੀਆਂ ਪਾਉਂਦੇ ਸੀ। ਅੱਛਾ, ਤੁਸੀਂ ਜਾਓ ਨਾ, ਠੀਕ ਹੈ, ਦੂਰ ਦੇ ਨਾਲ। ਤੁਸੀਂ ਦੁਬਾਰਾ ਰਾਜਾ ਜੰਗ ਵੇਖ ਕੇ ਆਏ? ਹਾਂ। ਅੱਛਾ, ਤੇ ਕੋਈ ਲੱਗਾ ਫਰਕ ਕਿ ਉਵੇਂ ਦਾ ਹੀ ਆ ਹੁਣ ਵੀ? ਉਦੋਂ ਗਰੀਬ ਹੈ, ਹੁਣ ਗਰੀਬ ਆ ਉਦੋਂ। ਅੱਛਾ, ਤੇ ਬਾਪੂ ਜੀ ਤੁਹਾਡਾ ਘਰ ਉੱਥੇ ਕਿੱਥੇ ਸੀ ਪਿੰਡ ਦੇ ਵਿੱਚ? ਢੋਲੇ ਕੀ ਪੱਤੀ 'ਚ। ਢੋਲੇ ਕੀ ਪੱਤੀ 'ਚ ਸੀ, ਹੁਣ ਹੈ ਘਰ ਆਪਣਾ ਉੱਥੇ ਜਦੋਂ ਤੁਸੀਂ ਗਏ ਹੋ ਦੁਬਾਰਾ? ਉਦੋਂ ਹੈ, ਕੋਈ ਆਬਾਦੀ ਨਹੀਂ ਸੀ, ਖੁਸ਼ਹਾਲੀ ਨਹੀਂ ਹੈ, ਖੁਸ਼ਹਾਲੀ ਨਹੀਂ ਹੈਗੀ ਹੁਣ, ਪਹਿਲਾਂ ਵਰਗੀ ਗੱਲਬਾਤ ਨਹੀਂ ਗੀ। ਹੋਰ ਬਾਪੂ ਜੀ ਤੁਸੀਂ ਕੋਈ ਆਪਦੇ ਬਚਪਨ ਦੀ ਯਾਦ ਸਾਂਝੀ ਕਰੋ, ਤੁਹਾਨੂੰ ਕੁਝ ਯਾਦ ਹੋਵੇ ਰਾਜਾ ਜੰਗ ਦਾ ਉਸ ਸਮੇਂ? ਉਸ ਸਮੇਂ ਅਸੀਂ ਜਿਵੇਂ ਮਤਲਬ ਜਵਾਕ ਹੀ ਹੁੰਦੇ ਸੀ, 15 ਸਾਲ ਦੇ ਨੂੰ ਜਵਾਕ ਸਮਝਦੇ ਸੀ, ਠੀਕ ਹੈ ਜੀ, ਕੋਈ ਉਹਨੂੰ ਬੂਝ ਸੂਝ ਨਹੀਂ ਸੀ, ਠੀਕ ਹੈ, ਵੀ 15 ਸਾਲਾਂ ਦਾ ਵੀ ਜਵਾਕ ਹੀ ਸਮਝਿਆ ਜਾਂਦਾ ਸੀ, ਠੀਕ ਹੈ, ਉਹਨੂੰ ਕਿਸੇ ਬਾਰੇ ਕੋਈ ਜ਼ਿੰਦਗੀ ਬਾਰੇ ਕੋਈ ਪਤਾ ਨਹੀਂ ਸੀ, ਠੀਕ ਹੈ। ਤੇ ਬਾਪੂ ਜੀ ਫਿਰ ਤੁਸੀਂ ਜਦੋਂ ਰਾਜਾ ਜੰਗ ਤੋਂ ਉੱਠ ਕੇ ਆਏ ਹੋ ਤੇ ਉਦੋਂ ਬਾਅਦ ਇੱਥੇ ਬੁਲਾਡੇ ਫਿਰ ਕਿੰਨੇ ਟਾਈਮ ਬਾਅਦ ਆਏ ਹੋ? ਅਸੀਂ ਚੀਮੇ ਗਏ, ਚੀਮਾ, ਚੀਮਾ, ਹਾਂਜੀ, ਉੱਥੋਂ ਫਿਰ ਬੁਲਾਡੇ ਆਏ, ਉਸ ਤੋਂ ਬਾਅਦ ਬੁਲਾਡੇ ਆਏ ਹੋ, ਯਾਨੀ ਲਗਭਗ ਉਦੋਂ ਦੇ ਫਿਰ ਤੁਸੀਂ ਇੱਧਰ ਹੀ ਆ ਕੇ ਬੈਠੇ ਹੋ? ਇੱਥੇ ਬੈਠੇ ਆ, ਫਿਰ ਇਸ ਏਰੀਏ 'ਚ ਹੀ ਆ ਕੇ ਬੈਠੇ ਹੋ ਤੁਸੀਂ ਉਦੋਂ ਦੇ, ਠੀਕ ਹੈ। ਤੇ ਬਾਪੂ ਜੀ ਜਦੋਂ ਤੁਸੀਂ ਫਿਰ ਉੱਧਰੋਂ ਆਏ ਹੋ ਉਸ ਸਮੇਂ ਜਿਹੜਾ ਇਹ ਪੰਜਾਬ ਦੀ ਸਥਿਤੀ ਕਿੱਦਾਂ ਦੀ ਸੀ? ਉਦੋਂ ਇੱਥੇ ਬਹੁਤ ਮਤਲਬ ਮਾੜੀ, ਜਿਸ ਤਰ੍ਹਾਂ ਗਾਜਰਾਂ ਦਿੱਤੀਆਂ, ਪਾਚੀਆਂ ਮਰੀਆਂ ਗਾਜਰਾਂ ਹੁੰਦੀਆਂ ਸੀ, ਠੀਕ ਹੈ, ਇਹ ਪਰੇਸ਼ਾਨੀ ਹੈ। ਅੱਛਾ, ਕਿ ਥੱਲੇ ਜਾਂਦੀ ਨਹੀਂ ਸੀ ਗਾਜਰ? ਅੱਛਾ, ਜ਼ਮੀਨਾਂ ਪੱਕੀਆਂ ਸੀ? ਪੱਕੀਆਂ, ਠੀਕ ਹੈ, ਵੀ ਉਦੋਂ ਇਹ ਏਰੀਏ ਖੁਸ਼ਹਾਲ ਨਹੀਂ ਸੀ ਇੰਨੇ? ਨਾ, ਇੱਥੇ ਕਣਕ ਨਹੀਂ ਹੁੰਦੀ ਸੀ, ਠੀਕ ਹੈ, ਅਤੇ ਜੌਂ, ਛੋਲੇ, ਠੀਕ ਹੈ, ਬਾਜਰਾ, ਠੀਕ ਹੈ। ਅਤੇ ਉਦੋਂ ਜਿਹੜੀ ਇਹ ਨਹਿਰਾਂ ਨੂਹਰਾਂ ਦੀ ਸਿੰਚਾਈ ਹੈਗੀ ਸੀ ਕਿ ਬਾਅਦ 'ਚ ਆਉਣ ਲੱਗੀ ਫਿਰ? ਇੱਕ ਨਹਿਰ ਇਹ 27 'ਚ ਆਈ ਸੀ, 1927, ਠੀਕ ਹੈ, ਉਹ ਨਹਿਰਾਂ ਦਾ ਪਾਣੀ ਸਾਡਾ ਮਤਲਬ ਮਲੋਟ ਤੋਂ ਲੈ ਕੇ, ਹਾਂਜੀ, ਜਾਖਲ ਤੱਕ ਇੱਕੋ ਨਹਿਰ ਦਾ ਪਾਣੀ ਹੈ, ਮਲੋਟ ਤੋਂ ਲੈ ਕੇ ਜਾਖਲ ਤੱਕ, ਹਾਂ, ਇੱਕੋ ਨਹਿਰ ਦਾ ਪਾਣੀ, ਠੀਕ ਹੈ। ਉਹ ਉਹਨੂੰ ਕਹਿੰਦੇ ਨੇ ਸਤਲੁਜ ਤੋਂ ਨਿਕਲਦੀ ਸੀ ਦਰਾਹਾ ਨਹਿਰ, ਦਰਾਹਾ ਨਹਿਰ ਸੀ ਉਹ 1947 'ਚ। ਅੱਛਾ, ਫਿਰ 1952 'ਚ ਭਾਖੜਾ ਡੈਮ ਆਇਆ, ਠੀਕ ਹੈ ਜੀ, ਉਹ ਨੰਗਰ ਤੋਂ ਨਿਕਲਦੀ ਹੈ ਭਾਖੜਾ ਡੈਮ, ਹਾਂਜੀ, ਉਹਦਾ ਹੈਡ ਸਰੰਗ ਹੈ, ਠੀਕ ਹੈ ਜੀ, ਇੱਕ ਨਹਿਰ ਪਟਿਆਲੇ ਦੇ ਉੱਤਲੇ ਪਾਸੇ ਦੀ ਵਗ ਜਾਂਦੀ ਹੈ, ਹਾਂਜੀ, ਇੱਕ ਥੱਲੜੇ ਪਾਸੇ ਦੀ ਆ ਜਾਂਦੀ ਹੈ, ਠੀਕ ਹੈ, ਜਿਹੜੀ ਉੱਤਲੇ ਪਾਸੇ ਜਾਂਦੀ ਹੈ ਉਹ ਕਰਨਾਲ ਜਾਂਦੀ ਹੈ ਸਿੱਧੀ, ਅੱਛਾ ਜੀ, ਜਿਹੜੀ ਥੱਲੜੇ ਪਾਸੇ ਦੀ ਆ ਜਾਂਦੀ ਹੈ ਉਦੋਂ ਬਾਅਦ ਖਨੌਰੀ ਹੈਡ ਆ ਜਾਂਦਾ, ਠੀਕ ਹੈ ਜੀ, ਉਦੋਂ ਤਿੰਨ ਨਹਿਰਾਂ ਨਿਕਲਦੀਆਂ ਨੇ, ਠੀਕ ਹੈ, ਜਾਂਦੀ ਹੈ ਰੋਹਤਕ, ਜੀਂਦ, ਨਰਬਾਨਾ, ਠੀਕ ਹੈ, ਉਸ ਤੋਂ ਬਾਅਦ ਆ ਗਿਆ ਬੱਲੀ ਵਾਲਾ ਹੈਡ। ਅੱਛਾ ਜੀ, ਬੱਲੀ ਹੈਡ 'ਤੇ ਦੋ ਨਹਿਰਾਂ ਨਿਕਲਦੀਆਂ, ਇੱਕ ਬੰਨ ਨਿਕਲਦੀ ਹੈ, ਇੱਕ ਖੁੱਲ੍ਹੀ ਨਿਕਲਦੀ ਹੈ,
ਠੀਕ ਹੈ, ਜਿਹੜਾ ਪਾਣੀ ਖੁੱਲਦਾ ਜਾਂਦਾ ਹੈ ਠੀਕ ਹੈ ਜੀ, ਬੰਦਾ ਉਹ ਸਿੱਧੀ ਰਾਜਸਥਾਨ ਨੂੰ ਜਾਂਦੀ ਠੀਕ ਹੈ ਜੀ। ਉਦੋਂ ਬਾਅਦ ਆ ਗਿਆ ਕੁਦਣੀ ਹੈ ਠੀਕ ਹੈ, ਕੁਦਣੀ ਹੈ ਤੋਂ ਇੱਕ ਨਹਿਰ ਨਿਕਲਦੀ ਹੈ ਜਿਹੜੀ ਸਰਦੂਲਗੜ੍ਹ ਦੇ ਇਲਾਕੇ 'ਚ ਖਤਮ ਹੁੰਦੀ ਹੈ। ਅੱਛਾ ਜੀ। ਉਦੋਂ ਬਾਅਦ ਆ ਗਿਆ ਫੱਤਾ ਹੈਡ ਠੀਕ ਹੈ, ਇੱਥੋਂ ਨਹਿਰ ਨਿਕਲਦੀ ਹੈ ਉਹ ਆਲੂ ਪੁੱਡਾ ਕੇ ਖਤਮ ਹੁੰਦੀ ਹੈ ਠੀਕ ਹੈ ਜੀ। ਉਦੋਂ ਬਾਅਦ ਹੈ 222 ਗੁਰਜੀ 'ਤੇ ਠੀਕ ਹੈ ਜੀ, ਉਹ ਨਹਿਰ ਜਾਂਦੀ ਹੈ ਕੁਸਲਾ ਹੈਡ ਕਹਿੰਦੇ ਉਹਨੂੰ ਠੀਕ ਹੈ, ਉੱਥੋਂ ਕਰਾਰੀਆਂ ਤਹਿਸੀਲ ਨੂੰ ਨਹਿਰ ਨਿਕਲਦੀ ਹੈ, ਉਹ ਨਹਿਰ ਜਾ ਕੇ ਰਾਣੀਆਂ ਤਹਿਸੀਲ ਖਤਮ ਹੁੰਦੀ ਹੈ ਠੀਕ ਹੈ। ਉਦੋਂ ਬਾਅਦ ਆ ਗਿਆ ਕੁਸਲੇ ਹੈਡ ਤੋਂ ਬਾਅਦ 260 ਗੁਰਜੀ 'ਤੇ ਠੀਕ ਹੈ, ਉਹ ਹੈਗਾ ਗੋਲੇ ਵਾਲਾ ਹੈਡ ਠੀਕ ਹੈ, ਗੋਲੇ ਵਾਲਾ ਹੈਡ ਤੋਂ ਜਾ ਕੇ ਰਾਮਾ ਕਾਲਿਆਲੀ ਦੇ ਇਲਾਕੇ 'ਚ ਇਹ ਪਾਣੀ ਬਣਦਾ। ਅੱਛਾ। ਉਦੋਂ ਬਾਅਦ ਆ ਗਿਆ ਚਟਾਲਾ ਹੈਡ ਠੀਕ ਹੈ ਜੀ, ਚਟਾਲਾ ਹੈਡ ਤੋਂ ਵੱਡੀਆਂ ਨਹਿਰਾਂ ਆ ਜਾਂਦੀਆਂ ਨੇ ਠੀਕ ਹੈ, ਰਾਜਸਥਾਨ ਜਾਣ ਵਾਲੀਆਂ ਹਾਂਜੀ, ਉਹਦਾ ਇਹ ਵਾਲਾ ਪਾਣੀ ਉਹਦੇ ਵਿੱਚ ਪਾ ਦਿੰਦੇ ਨੇ, ਉਹਦੇ ਉਹਦੇ ਵਿੱਚੋਂ ਪਾਣੀ ਕੱਢ ਕੇ ਸੰਘਰੀਆ ਮੰਡੀ ਜਾਂਦਾ ਠੀਕ, ਇਹ ਹਿੱਤਰੀ ਆ। ਹੋਰ ਪੁੱਛੋ। ਠੀਕ ਹੈ ਜੀ। ਅਤੇ ਬਾਪੂ ਜੀ, ਰਾਜਾ ਜੰਗ ਦੇ ਉਸ ਸਮੇਂ ਕੋਈ ਮਸ਼ਹੂਰ ਪਰਿਵਾਰਾਂ ਦੇ ਤੁਹਾਨੂੰ ਨਾਂ ਯਾਦ ਹੋਣ? ਇੱਕ ਤਾਂ ਟੋਪੇਗਾ ਪਰਿਵਾਰ ਪਰਿਵਾਰ ਸੀ, ਜਾਇਦਾਰਾਂ ਦੇ ਮਸ਼ਹੂਰ ਸੀ, ਉਹ ਸਰਾਮਾ ਬੈਠੇ ਨੇ ਠੀਕ ਹੈ, ਬਹੁਤ ਵਧੀਆ ਸ਼ਾਹੂਕਾਰ ਬੰਨੇ ਠੀਕ ਹੈ ਜੀ, ਜਿਵੇਂ ਸਰਦਾਰ ਕਹਿੰਦੇ ਨੇ ਇੱਧਰ, ਹਾਂਜੀ ਸਰਦਾਰੀ ਲੋਕ ਸੀ ਠੀਕ ਹੈ। ਅਤੇ ਬਾਪੂ ਜੀ ਕਹਿੰਦੇ ਵੀ ਉੱਥੋਂ ਦੇ ਜਿਹੜੇ ਲੋਕ ਸੀ ਪੜ੍ਹੇ ਲਿਖੇ ਅਤੇ ਅਫਸਰ ਰੈਂਕ ਦੇ ਲੋਕ ਬਹੁਤ ਸੀ? ਅਫਸਰ ਦੀ ਬਹਾਲ ਤਹਿਸੀਲਦਾਰ SBSP ਬੜੇ ਬੜੇ ਲੋਕ ਸੀ ਵਧੀਆ ਠੀਕ ਹੈ ਜੀ, ਅਤੇ ਹੁਣ ਵੀ ਉਸ ਤਰ੍ਹਾਂ ਹੀ ਨੇ ਠੀਕ, ਸਰਾਮਾ ਦੇ ਲੋਕ ਪੂਰੇ ਪੂਰੇ ਅਫਸਰ ਨੇ ਪੂਰੇ ਅਫਸਰ ਨੇ। ਤੁਸੀਂ ਬਾਪੂ ਜੀ ਸਰਦਾਰ ਦਲੀਪ ਸਿੰਘ ਦੇ ਪਰਿਵਾਰ ਨੂੰ ਜਾਣਦੇ ਹੋ? ਉਹ ਵੀ ਉਹ ਸਰਾਮੀ ਹੈ। ਨਹੀਂ, ਉਹ ਹੁਣ ਤਾਂ ਚੰਡੀਗੜ੍ਹ ਸ਼ਿਫਟ ਹੋ ਗਏ ਸੀ ਨਾ, ਜਿਹੜੇ ਉਸ ਟਾਈਮ ਸੈਟਲਮੈਂਟ ਕਮਿਸ਼ਨਰ ਸੀ। ਹਾਂਜੀ, ਸਰਦਾਰ ਦਲੀਪ ਸਿੰਘ, ਉਹ ਵੀ ਰਾਜਾ ਜੰਗ ਦੇ ਸੀ, ਇੱਥੇ ਸੀ, ਸਰਾਮੀ ਸੀ ਲਾਗਮੈਂਟ ਠੀਕ ਹੈ, ਫਿਰ ਉਹ ਵੱਡੇ ਅਫਸਰਾਂ ਕਰਕੇ ਨਿਕਲ ਗਏ। ਹਾਂ, ਫਿਰ ਉਹ ਉੱਧਰ ਚਲੇ ਗਏ ਠੀਕ ਹੈ। ਹੋਰ ਬਾਪੂ ਜੀ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ? ਨਾ, ਬਸ ਠੀਕ ਹੈ ਜ਼ਿੰਦਗੀ ਠੀਕ ਹੈ ਠੀਕ ਹੈ ਬਾਪੂ ਜੀ, ਸਤਿ ਸ਼੍ਰੀ ਅਕਾਲ।